ਕੀ ਹਾਲ ਚਾਲ ਆ ਗਏ ਪਾਣੀ ਪਾਣੀ ਦੇ ਨਾਲ ਰੀਲਾਂ 'ਤੇ ਚੱਲ ਰਹੇ ਟ੍ਰੈਂਡ ਪਾਣੀ ਪਾਣੀ ਦੇ ਨਾਲ ਸਾਰਾ ਦਿਨ ਕੋਕ ਪੀਣਗੀਆਂ ਅਤੇ ਟ੍ਰੈਂਡ 'ਤੇ ਪਾਣੀ ਪਾਣੀ ਹੋਈ ਜਾਣਗੀਆਂ। ਉਹ ਗਰਮੀ ਅੱਗੇ ਥੋੜ੍ਹੀ ਪੈ ਰਹੀ ਹੈ ਜਿਹੜਾ ਤੁਹਾਨੂੰ ਪਾਣੀ ਪਾਣੀ ਕਰਨ ਦੀ ਲੋੜ ਹੈ। ਆ ਜਾਓ ਪਾਣੀ ਪਾਣੀ ਕਰੀਏ ਇਹਨਾਂ ਨੂੰ। ਵੀਡੀਓ ਸ਼ੁਰੂ ਕਰੋ। ਵਾਹ ਕਮਾਲ ਦੀ ਗੱਲ ਹੈ, ਜਦੋਂ ਮੇਰੇ ਬੋਤਲਾਂ ਲੱਗੀਆਂ ਸੀ ਮੈਨੂੰ ਸੁਰਤ ਤੱਕ ਨਹੀਂ ਸੀ, ਪਰ ਅੱਜ ਕੱਲ੍ਹ ਦੇ ਜਵਾਕ ਕਿਤੇ ਟਿਕਾ ਨਹੀਂ ਹੁੰਦਾ। ਰੀਲਾਂ ਕੁਛ ਜ਼ਿਆਦਾ ਇੰਪੋਰਟੈਂਟ ਹੈ ਮੇਰੇ ਹਿਸਾਬ ਨਾਲ। ਡਾਕਟਰ ਨੇ ਤਾਂ ਨਹੀਂ ਕਿਹਾ ਕਿ ਬੇਟਾ ਬੋਤਲ ਲੱਗੀ ਕੋਈ ਚੱਕਰ ਨਹੀਂ, ਪਰ ਤੂੰ ਰੀਲਾਂ ਜ਼ਰੂਰ ਪਾਉਣੀਆਂ। ਦੋ ਜ਼ਿਆਦਾ ਠੀਕ ਤੂੰ ਉਹਨਾਂ ਨਾਲ ਹੀ ਰਹੇਗੀ। ਇਹ ਕੌਣ ਚੱਲਾ ਥ੍ਰੀ ਵੀਲਰ ਜਾ? ਮੈਂ ਜਦੋਂ ਬਿਮਾਰ ਸੀ ਮੈਨੂੰ ਪਾਸਾ ਵੀ ਪੁੱਛ ਕੇ ਲੈਣਾ ਪੈਂਦਾ ਸੀ। ਨਹੀਂ ਇਹਨਾਂ ਨੂੰ ਕੋਈ ਫਰਕ ਹੀ ਨਹੀਂ ਪੈਂਦਾ, ਰੀਲਾਂ ਜ਼ਿਆਦਾ ਇੰਪੋਰਟੈਂਟ ਹੈ। ਪਾਣੀ ਪਾਣੀ ਨਹੀਂ ਤੂੰ ਗਲੂਕੋਜ਼ ਗਲੂਕੋਜ਼ ਹੋ ਗਈ, ਐਂ ਕਰਨਾ ਸੀ। ਮਿਹਨਤ ਤਾਂ ਬਹੁਤ ਕਰਦੇ ਆ ਵਿਚਾਰੇ ਵੀਡੀਓ ਬਣਾਉਣ ਪਿੱਛੇ, ਕਈ ਤਾਂ ਵੀਡੀਓ ਬਣਾਉਣ ਲਈ ਸਪੈਸ਼ਲ ਤਿਆਰ ਹੁੰਦੇ ਆ। ਕਾਂਤਾ ਬਾਈ ਆਪ ਪਰਫੈਕਟ ਹੋ, ਆਪਕੀ ਵੀਡੀਓ ਮੁਝੇ ਪੂਰੇ ਇੰਸਟਾਗ੍ਰਾਮ ਪਰ ਸਬਸੇ ਬੈਸਟ ਲੱਗੀ, ਕਿਉਂਕਿ ਆਪਨੇ ਜੋ ਗਾਣੇ ਮੇ ਜੋ ਵਰਡਸ ਹੈ ਵੋ ਆਪਨੇ ਕਰਕੇ ਦਿਖਾਇਆ, ਬਾਕੀ ਸਭ ਤੋਂ ਗੱਪ ਹੀ ਮਾਰ ਰਹੇ ਥੇ। ਪਾਣੀ ਪਾਣੀ ਤੋਂ ਆਪ ਹੋਏ ਹੋ, ਪੀਣਾ ਕਿਸੇ ਨੇ ਫਿਰ ਆਹ ਪਾਣੀ? ਨਿਚੋੜ ਕੇ ਦਊ ਤੁਹਾਨੂੰ, ਮੱਤ ਤਾਂ ਨਹੀਂ ਆਇਆ। ਮੈਨੂੰ ਤਾਂ ਸਮਝ ਨਹੀਂ ਆਉਂਦੀ ਕਾਪੀ ਕਰਨ ਦਾ ਟ੍ਰੈਂਡ ਕਦੋਂ ਮੁੱਕੂਗਾ। ਕਿਹੜਾ ਸਈਆ ਜਿਹੜਾ ਐਂ ਕਰਕੇ ਵੇਖਦਾ? ਉਹ ਪੁਰਾਣੇ ਟਾਈਮਾਂ 'ਚ ਵੇਖਦੇ ਹੁੰਦੇ ਸੀ ਧੁੱਪ 'ਚ ਖੜੇ ਰੇਗਿਸਤਾਨ 'ਚ ਐਂ ਕਰਕੇ, ਇਹ ਕਮਰੇ 'ਚ ਵੀ ਐਂ ਕਰਕੇ ਵੇਖੀ ਜਾਣਗੀਆਂ। ਸਹੀ ਹੋ ਤੁਸੀਂ, ਮੇਰੇ ਹਿਸਾਬ ਨਾਲ ਰਿੰਗਲਾਈਟ ਪੈਂਦੀ ਹੋਣੀ ਅੱਖਾਂ 'ਚ। ਵਿਆਹ ਤੋਂ ਬਾਅਦ ਜਿਨ੍ਹਾਂ ਨੇ ਪੇਠਾ ਬਣਾਉਣਾ ਉਹ ਰੀਲਾਂ ਬਣਾ ਰਹੇ ਨੇ, ਉਹ ਜਵਾਕ ਤਾਂ ਛੱਡੋ ਇੱਥੇ ਤਾਂ ਕਪਲ ਵੀ ਗਾ ਪਾ ਰਹੇ ਨੇ, ਸਾਡੇ ਵਰਗੇ ਵਿਚਾਰੇ ਇੰਨਾ ਜ਼ੋਰ ਲਾ ਕੇ ਵੀ ਪਛਤਾ ਰਹੇ ਨੇ। ਰੀਲਾਂ ਹੀ ਪਾ, ਮੈਂ ਵਿਆਹ ਕਰਾਵਾਂ ਪਹਿਲਾਂ। ਵਾਹ ਕੀ ਛਿੱਟੇ ਜੇ ਮਾਰ ਰਹੇ ਹੋ, ਆ ਜਿਸ ਹਿਸਾਬ ਦਾ ਤੁਸੀਂ ਐਂ ਸਟੈਪ ਕੀਤਾ ਤੁਸੀਂ ਤਾਂ ਮੱਥਾ ਪਾੜ ਦੋ ਕਿਸੇ ਦਾ, ਪਾਣੀ ਪਾਣੀ ਛੱਡੋ ਤਾਂ ਖੂਨੋ ਖੂਨ ਹੋ ਜਾਊਗਾ। ਘਰ ਬਹੁਤ ਸੋਹਣਾ ਵੈਸੇ, ਗੁਲਾਬੀ ਬਾਹਰੋਂ ਹਰਾ, ਬਾਥਰੂਮ 'ਚ ਸੰਤਰੀ ਕਰਤਾ, ਫਲੈਸ਼ 'ਚ ਨੀਲਾ ਕਰਤਾ, ਦਾਦਾ ਜੀ ਦਾ ਕਾਲਾ ਕਰਤਾ, ਕਮਰਾ ਠਰਕੀਓ। ਆਏ ਹਾਏ ਬਸ ਆਹੀ ਗੱਲਾਂ ਕਰਕੇ ਮੇਰਾ ਰੀਲਾਂ ਖੋਲਣ ਨੂੰ ਜੀ ਨਹੀਂ ਕਰਦਾ। ਤੂੰ ਪਾਣੀ ਪਾਣੀ ਨਹੀਂ, ਤੂੰ ਤਾਂ ਚਿੱਕੜ ਹੋ ਗਿਆ। ਬੋਲ ਦੇ ਕਿਵੇਂ ਲਾਲ ਕਰੀ ਖੜਾ ਗੁਟਕਾ ਖਾ ਖਾ ਕੇ। ਨਾਲੇ ਇੱਕ ਜ਼ਰੂਰੀ ਗੱਲ, ਇੰਨਾ ਕੁ ਬਜਟ ਤਾਂ ਹੋਊਗਾ ਹੀ, ਨਿੰਬੂ ਨਾ ਅਮਰੂਦ ਲਿਆ ਕਰ, ਜ਼ਿਆਦਾ ਪ੍ਰੋਫੈਸ਼ਨਲ ਲੱਗੇਗਾ। ਗੱਲ ਦੱਸੋ ਐਂ ਐਂ ਕਰਨ ਨਾਲ ਕੋਈ ਕਮਾਈ ਹੈ? ਨਾਲੇ ਤਾਂ ਪਾਣੀ ਪਾਣੀ ਹੋਏ, ਨਾਲੇ ਕੁਛ ਪੈਸਾ ਨਹੀਂ ਕਮਾਇਆ। ਅੱਜ ਮੈਂ ਤੁਹਾਡੇ ਲਈ ਲੈ ਕੇ ਆਇਆ ਬਾਇਨੋਮੋ ਐਪ, ਬੈਸਟ ਟ੍ਰੇਨਿੰਗ ਐਪ ਆ ਬਾਇਨੋਮੋ। ਸਭ ਤੋਂ ਪਹਿਲਾਂ ਤੁਸੀਂ ਬਾਇਨੋਮੋ ਐਪ ਨੂੰ ਓਪਨ ਕਰਨਾ, ਓਪਨ ਕਰਨ ਤੋਂ ਬਾਅਦ ਤੁਸੀਂ ਰੀਅਲ ਅਕਾਊਂਟ ਵਿੱਚ ਬੈਲੈਂਸ ਚੈੱਕ ਕਰੋ 27,035 ਰੁਪਏ।
ਡਿਪੋਜ਼ਿਟ ਤੇ ਕਲਿੱਕ ਕਰਕੇ ਤੁਸੀਂ ਬਾਇਨੋਮੋ ਅੰਦਰ ਪੈਸੇ ਐਡ ਕਰ ਸਕਦੇ ਹੋ ਹਰ ਤਰੀਕੇ ਨਾਲ। ਜਿੱਦਾਂ ਤੁਹਾਨੂੰ ਮੈਂ ਦਿਖਾਉਣਾ, ਇੱਥੇ ਹਰ ਤਰ੍ਹਾਂ ਦੀ ਆਪਸ਼ਨ ਮਿਲੂਗੀ ਪੈਸੇ ਐਡ ਕਰਨ ਦੀ। ਆਹ ਦੇਖੋ, ਇੱਥੇ ਤੁਹਾਨੂੰ ਆਪਸ਼ਨ ਸ਼ੋ ਹੋਣਗੀਆਂ ਜਿੱਦਾਂ ਫੋਨਪੇ, ਪੇਟੀਐਮ, ਯੂ ਪੀ ਆਈ, ਹਰ ਤਰੀਕੇ ਨਾਲ ਬਾਇਨੋਮੋ ਦੇ ਅੰਦਰ ਪੈਸੇ ਐਡ ਕਰ ਸਕਦੇ ਹੋ। ਉੱਥੇ ਐਸਟ 'ਤੇ ਕਲਿੱਕ ਕਰਕੇ ਪੈਸਾ ਸਿਲੈਕਟ ਕਰਾਂਗੇ, ਐਸਟ ਮੈਂ ਪਹਿਲਾਂ ਸਿਲੈਕਟ ਕੀਤਾ ਹੋਇਆ। ਅਗਰ ਤੁਹਾਨੂੰ ਬਾਇਨੋਮੋ ਅੰਦਰ ਕੋਈ ਵੀ ਪ੍ਰੋਬਲਮ ਆਉਂਦੀ ਹੈ, ਸਪੋਰਟ 'ਤੇ ਕਲਿੱਕ ਕਰਕੇ ਤੁਸੀਂ ਚੈਟ ਜਾਂ ਕੰਟੈਕਟ ਕਰਕੇ ਤੁਸੀਂ ਕੋਈ ਵੀ ਪ੍ਰੋਬਲਮ ਸੋਲਵ ਕਰ ਸਕਦੇ ਹੋ। ਇਹ ਤੁਹਾਨੂੰ ਗ੍ਰਾਫ ਦੇ, ਦੇਖੋ ਕੈਂਡਲਸ ਆ ਗਈਆਂ, ਗ੍ਰਾਫ ਦੇ ਤਰੀਕੇ ਮਿਲ ਰਹੇ, ਤੁਹਾਨੂੰ ਹਰ ਤਰ੍ਹਾਂ ਦਾ ਗ੍ਰਾਫ ਮਿਲੂਗਾ। ਲਾਈਨਸ, ਹੁਣ ਆਪਾਂ ਕਰਾਂਗੇ ਟ੍ਰੇਡ। ਮੈਂ ਐਨਲਾਈਜ਼ ਕੀਤਾ ਗ੍ਰਾਫ, ਅਪ ਜਾ ਰਿਹਾ ਅਤੇ ਮੈਂ ਅਪ 'ਤੇ ਟ੍ਰੇਡ ਕਰਤਾ। ਯੈਸ, ਕਿਉਂ ਆ ਗਏ ਕਿ ਨਹੀਂ ਪੈਸੇ? 12,810 ਰੁਪਏ। ਇੱਦਾਂ ਤੁਸੀਂ ਡਿਸਕ੍ਰਿਪਸ਼ਨ ਦਿੱਤੇ ਹੋਏ ਲਿੰਕ 'ਤੇ ਕਲਿੱਕ ਕਰਕੇ ਤੁਸੀਂ ਐਪ ਨੂੰ ਇੰਸਟਾਲ ਕਰੋਗੇ ਤਾਂ ਤੁਹਾਨੂੰ $1,000 ਡੈਮੋ ਅਕਾਊਂਟ ਵਿੱਚ ਵੀ ਮਿਲਣਗੇ। ਬੈਲੈਂਸ ਚੈੱਕ ਕਰੋ, ਵਿਦਡਰਾਅ ਫੰਡਸ 'ਤੇ ਕਲਿੱਕ ਕਰਕੇ ਤੁਸੀਂ ਪੈਸੇ ਨੂੰ ਸਿੱਧਾ ਆਪਣੇ ਅਕਾਊਂਟ 'ਚ ਟ੍ਰਾਂਸਫਰ ਕਰ ਸਕਦੇ ਹੋ। ਆਉਂਦੇ ਕਿ ਨਹੀਂ ਪੈਸੇ? ਪਾਣੀ ਪਾਣੀ ਹੋਣ ਤੋਂ ਤਾਂ ਕਿਤੇ ਚੰਗਾ ਨਾ, ਨਾਲੇ ਪੱਖੇ ਥੱਲੇ ਬਹਿ ਕੇ ਪੈਸੇ ਅਰਨ ਕਰਨ ਦਾ ਸਭ ਤੋਂ ਵਧੀਆ ਤਰੀਕਾ। ਆਹ ਕਿਹੜਾ ਪਾਣੀ ਪਾਣੀ ਹੈ? ਵੈਸੇ ਕੁੜੀਆਂ ਨਾਲ ਵਧੀਆ ਸਟੈਪ ਹੁੰਦੇ ਇਹਨਾਂ ਦੇ, ਫੀਲ ਦੇਖੋ। ਸੋਰੀ, ਸਿਰਾਣਾ ਔਰ ਠਰਕੀ ਉਹ ਬਖਸ਼ ਦੋ ਇਹਨਾਂ ਨੂੰ ਤਾਂ, ਕੀੜਾ ਤਾਂ ਹਰੇਕ ਦਾ ਹੀ ਹੁੰਦਾ। ਮੇਰੇ ਹਿਸਾਬ ਨਾਲ ਇਹਨਾਂ ਦੇ ਭੂਰੀ ਕਿਹੜੀ ਹੁੰਦੀ ਹੈ, ਪਰ ਮੈਂ ਦੱਸਦਾ ਤੁਸੀਂ ਪਾਣੀ ਪਾਣੀ ਨਹੀਂ ਹੋ ਸਕਦੇ ਕਿਉਂਕਿ ਤੁਹਾਡੇ ਕੋਲ ਤਾਂ ਹੈ ਹੀ ਨਹੀਂ। ਕਿੱਥੇ ਚਲ ਗਏ ਟਰਕੀਓ? ਮੀਂਹ ਤਾਂ ਨਹੀਂ ਆਈ ਜਾਂਦਾ, ਪਰ ਐਂ ਕਰਨ ਦੀ ਕੀ ਲੋੜ ਹੈ? ਉਹ ਮੈਨੂੰ ਸਮਝ ਨਹੀਂ ਆਉਂਦੀ, ਜਦੋਂ ਗਾਣਿਆਂ 'ਚ ਫਿਲਮਾਂ 'ਚ ਮੀਂਹ ਆਉਂਦਾ ਲੋਕ ਐਂ ਕਿਉਂ ਕਰ ਲੈਂਦੇ ਆ? ਐਂ ਕਰਨ ਨਾਲ ਕੀ ਹੁੰਦਾ, ਬੰਦਾ ਉੱਤੇ ਉੱਠ ਜਾਂਦਾ ਕਿ ਪਿੰਡਾਂ ਜ਼ਿਆਦਾ ਛੇਤੀ ਗਿੱਲਾ ਹੋ ਜਾਂਦਾ ਵੀ ਬਾ ਯਾਰ ਐਂ ਖੜਾ ਰਹਿ, ਐਵੇਂ ਮੀਂਹ ਪੈ ਜਾਊਗਾ। ਕਿੱਡੇ ਫੁੱਦੂ ਤਰੀਕੇ ਦੀਆਂ ਫਿਲਮਾਂ ਬਣਦੀਆਂ। ਇਹ ਨਾਟਕਾਂ ਨਹੀਂ ਦੀਦੀਆਂ, ਇਹ ਵੀ ਰੀਲਾਂ 'ਤੇ ਹੀ ਹੈ, ਇਹਨਾਂ ਦਾ ਵੀ ਬੇੜਾ ਹੀ ਗਰਕ ਹੈ। ਮੈਨੂੰ ਸਮਝ ਨਹੀਂ ਆਉਂਦੀ ਇੰਨਾ ਬੜਾ ਪੈਸਾ ਹੁੰਦਾ, ਐਡੀਆਂ ਐਡੀਆਂ ਗੱਡੀਆਂ, ਐਂ ਪੌੜੀ ਚੜ੍ਹਦੀ ਛੱਤਾਂ ਨੂੰ, ਪਰ ਇਹਨਾਂ ਘਰ ਇਨਵੈਟਰ ਨਹੀਂ ਹੁੰਦਾ ਗਰੀਬਾਂ ਕੋਲ। ਲੈਟ ਕਲ ਜੇ ਮੋਮਬੱਤੀਆਂ ਲੈ ਕੇ ਫਿਰਦੇ ਆ। ਇੱਕ ਨਾਟਕਾਂ 'ਚ ਪੁਆੜੇ ਪੱਟ ਜ਼ਰੂਰ ਹੁੰਦੀ ਹੈ ਜਿਹੜੀ ਸਾਰੇ ਘਰ ਨੂੰ ਖਰਾਬ ਕਰਦੀ ਹੈ, ਅਤੇ ਇੱਕ ਗੁੱਜ ਬੱਤੀ ਦੀ ਕੁੱਜੀ ਛਿੰਕੇ ਵਰਗੀ ਜਿਹਨੂੰ ਜਮਾਂ ਹੀ ਅਨਪੜ੍ਹ ਗੋਪੀ ਲੈਪਟਾਪ ਧੋ ਕੇ ਸੁੱਕਣੇ ਪਾ ਦੇ ਲਾ ਲਿਆ ਸੁੱਕ ਗਿਆ ਹੋਣਾ। ਕਦੇ ਕਦੇ ਤਾਂ ਮੈਨੂੰ ਆਹ ਵੀ ਵਧੀਆ ਲੱਗਦੇ ਆ। ਕੋਠੀਆਂ ਕਹਿੰਦੇ ਬਾਹਰੋਂ ਹੀ ਸੋਹਣੀਆਂ ਹੁੰਦੀਆਂ, ਅੰਦਰੋਂ ਤਾਂ ਕੋਈ ਵਿਰਲੀ ਸੋਹਣੀ ਹੁੰਦੀ ਆ। ਨਾਲੇ ਮੈਨੂੰ ਗੱਲ ਦੱਸ, ਜਿੱਥੇ ਤੂੰ ਵੀਡੀਓ ਬਣਾਈ ਨਾ ਇੱਥੇ ਸਹੀਆਂ ਕੀ ਕਰਨ ਆਊਗਾ? ਟੱਟੀ ਕੇ ਮੂਤਰ ਜਿੱਦਾਂ ਦੇ ਵੀਡੀਓ ਬਣਾਈ ਜਿੱਥੇ ਚੀਕ ਦੀ ਆਵਾਜ਼ ਵੀ ਨਾ ਸੁਣੇ ਕਿਸੇ ਨੂੰ। ਓਏ ਪਾਣੀ ਪਾਣੀ ਚੱਲ ਰਿਹਾ ਕਿ ਮੁੱਕੇ ਬਾਜੀ ਲੇਡੀ ਕਟੱਪਾ? ਇਹ ਤਾਂ ਅੱਖਾਂ ਦੀ ਘੂਰ ਨਾਲ ਹੀ ਬੰਦਾ ਮਾਰ ਕੇ ਸਿੱਟ ਦੇ। ਉਹ ਵੇਖ ਲਓ ਪਿੱਛੇ ਚੰਪੂ, ਉਹ ਵੀ ਕਹਿੰਦਾ ਮੈਂ ਇੱਥੇ ਕੰਮ ਸਿੱਖਣ ਆਉਣਾ, ਇਹ ਮੈਨੂੰ ਰੀਲਾਂ ਬਣਾਉਣੀਆਂ ਸਿਖਾਈ ਜਾਂਦੀਆਂ। ਇਹ ਫੀਲ ਹੈ ਜਾਂ ਐਕਸ਼ਨ ਹੈ? ਮੈਨੂੰ ਹਜੇ ਤੱਕ ਸਮਝ ਨਹੀਂ ਲੱਗੀ। ਠਰ ਕੀ ਉਹ ਫੀਲ ਹੀ ਹੈ।
ਆ ਹੁੰਦਾ ਟੈਲੈਂਟ, ਇਹਨਾਂ ਲਈ ਦੋ ਤਾੜੀਆਂ। ਕਿਉਂਕਿ ਇਹਨਾਂ 'ਚ ਖਾਸ ਗੱਲ ਮੈਨੂੰ ਇਹ ਨਹੀਂ ਲੱਗੀ ਕਿ ਇਹ ਬੈਕਗਰਾਊਂਡ ਨਹੀਂ ਵਧੀਆ ਜਾਂ ਗਰੀਬ ਕਰਦੇ ਨੇ, ਇਹਨਾਂ 'ਚ ਗੱਲ ਇਹ ਵਧੀਆ ਕਿ ਇਹਨਾਂ ਨੇ ਸਟੈਪ ਤਾਂ ਅਲੱਗ ਕੀਤੇ ਆ। ਤੁਸੀਂ ਤਾਂ ਬਸ ਟੀ ਵੀ 'ਚ ਵੇਖ ਲਿਆ ਉਹਨੇ ਐਂ ਕਰਤਾ, ਅਸੀਂ ਵੀ ਐਂ ਕਰਤਾ, ਉਹਦਾ ਭਾਵੇਂ ਪਾਣੀ ਪਾਣੀ ਹੋਵੇ, ਤੁਹਾਡਾ ਭਾਵੇਂ ਚਿੱਕੜ ਚਿੱਕੜ ਹੋਈ ਜਾਵੇ, ਤੁਹਾਨੂੰ ਪਤਾ ਨਹੀਂ ਲੱਗਦਾ। ਕਾਪੀ ਮਾਰਨੇ ਸਿੱਖਿਆ, ਹੋਰ ਕੁਛ ਕਰਨਾ ਨਹੀਂ ਸਿੱਖਿਆ। ਪਹਿਲਾਂ ਤਾਂ ਮੈਨੂੰ ਸਈਆਂ ਨਾਲ ਹੀ ਮਿਲਾ ਦਿਓ ਜਿਹੜਾ ਐਂ ਵੇਖਦਾ ਕਿਵੇਂ ਧੁੰਨ 'ਚ ਵੱਲ ਪਿਆ, ਉਹਦੀ ਕਿ ਥ੍ਰੀ ਵੀਲਰ ਹੈ ਜਿਹੜਾ ਉਹਨੂੰ ਐਂ ਵਾਲ ਸਿੱਟਣੇ ਪੈਂਦੇ ਆ ਪਹਿਲਾਂ। ਇਹ ਕੁੜੀ ਇੰਨੀ ਵਿਹਲੀ, ਇਹਨਾਂ ਨੇ ਇੰਸਟਾਗ੍ਰਾਮ 'ਤੇ ਡਿਊਟ ਕਰ ਕਰਕੇ 1 ਮਿਲੀਅਨ ਫੋਲੋਵਰ ਕਰ ਲਏ, ਕੋਈ ਕੰਮ ਨਹੀਂ। ਔਰ ਲੋਕਾਂ ਦੀ ਹਵਾ ਤਾਂ ਪਹਿਲਾਂ ਨਹੀਂ ਮਾਰ, ਉਹਨਾਂ ਨੂੰ ਪੰਪ ਦੇ ਕੇ ਹੋਰ ਹਵਾ ਚੜਾਈ ਜਾਊਗੀ। ਹਾਰਡ ਵਰਕਿੰਗ ਵਾਲਾ ਕੀ ਸੀ ਇਹਦੇ 'ਚ, ਪੁੱਠੀ ਮਤ ਦਿਆ ਕਰੋ ਕਿ ਬੰਦਾ ਪਹਿਲਾਂ ਬਿਮਾਰ ਹੋਵੇ, ਬੋਤਲ ਲਵਾਵੇ ਅਤੇ ਫਿਰ ਨੱਚੇ, ਇਹਨੂੰ ਕਹਿੰਦੇ ਆ ਹਾਰਡ ਵਰਕਿੰਗ। ਠੀਕ ਤਾਂ ਹੈ, ਹੋਇਆ ਕੀ ਸੀ ਇਹਨੂੰ, ਮੈਨੂੰ ਤਾਂ ਇਹ ਨਹੀਂ ਸਮਝ ਲੱਗੀ। ਉਹ ਸਾਹਮਣੇ ਖੜੀ ਤਾਂ ਰੀਲਾਂ ਪਾਈ ਜਾਂਦੀ ਹੈ, ਹੋਰ ਕੀ ਕਤਈ ਜ਼ਹਿਰ ਕਰਦੇ ਕੰਮ। ਇਹਦੇ ਲਈ ਇੰਨਾ ਯਾਰ, ਵੀਡੀਓ 'ਤੇ ਲਾਈਕ ਕਮੈਂਟ 'ਤੇ ਸ਼ੇਅਰ ਕਰਦੇ, ਜਾਂਦੇ ਜਾਂਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ। ਔਰ ਲਾਈਕ ਤਾਂ ਇੱਕ ਵਾਰ ਹੀ ਹੁੰਦਾ, ਕਮੈਂਟ ਤਾਂ 100 ਵਾਰੀ ਮਾਰ ਸਕਦੇ ਹੋ, ਮਾਰਿਆ ਕਰੋ, ਤੁਹਾਡਾ ਕਮੈਂਟ ਫਿਰ ਮਾਰਦੇ ਕਿਉਂ ਨਹੀਂ। ਨਾਲੇ ਕੋਈ ਟ੍ਰੈਂਡ ਆਉਂਦਾ ਇੰਨਾ ਵੀ ਨਾ ਘਸਾਇਆ ਕਰੋ, ਠੀਕ ਹੈ ਟ੍ਰੈਂਡ ਹੈ ਪਰ ਕਾਪੀ ਨਾ ਕਰੀ ਜਾਇਆ ਕਰੋ। ਮਿਊਜ਼ਿਕ ਤੁਹਾਡਾ ਆਪਦਾ ਨਹੀਂ ਹੁੰਦਾ, ਟ੍ਰੈਂਡ ਵੀ ਕਾਪੀ ਕਰ ਲੈਂਦੇ ਹੋ, ਤੁਹਾਡੇ ਕੋਲ ਹੈ ਕੀ ਆਪਦਾ, ਫੋਲੋਵਰ ਵੀ ਅੱਜ ਕੱਲ੍ਹ। ਹਾਂ ਸਮਝਦੇ ਹੋ ਗੱਲ, ਕੁਛ ਤਾਂ ਆਪਦਾ ਕਰੋ ਕੁਛ। ਅਤੇ ਬਾਇਨੋਮੋ ਐਪ ਨੂੰ ਜ਼ਰੂਰ ਇੰਸਟਾਲ ਕਰ ਲਿਓ, $1000 ਡੈਮੋ ਅਕਾਊਂਟ 'ਚ, ਡਿਸਕ੍ਰਿਪਸ਼ਨ 'ਚ ਲਿੰਕ ਪਾਇਆ, ਉੱਥੋਂ ਇੰਸਟਾਲ ਕਰੋਗੇ ਤਾਂ ਐਂ ਨਹੀਂ ਮਿਲਣ ਲੱਗੇ, ਜਾ ਕੇ ਇੰਸਟਾਲ ਕਰ ਲਓ। ਮੇਰਾ ਜੀ ਕਰਦਾ ਨਾ ਪਾਣੀ ਪਾਣੀ ਵਾਕਈ ਕਰਦਾ ਤੁਹਾਡੇ, ਮੈਂ ਕੁਛ ਤਾਂ ਕਰ ਲਓ ਆਪਦਾ। What can happen? Ben, Joe!